ਸਾਹ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕਸ਼ਮੀਰੀ ਪੰਡਤਾਂ ਨੇ ਅਰਦਾਸ ਕੀਤੀ ਬੇਨਤੀ ਕੀਤੀ ਕਿ ਸਤ ਗੁਰੂ ਜੀ ਜ਼ਬਰ ਦੇ ਨਾਲ ਜ਼ੋਰ ਦੇ ਨਾਲ ਔਰੰਗਜ਼ੇ ਬਾਦਸ਼ਾਹ ਸਾਡਾ ਧਰਮ ਜਿਹੜਾ ਬਦਲੀ ਕਰਵਾ ਰਿਹਾ ਸਾਨੂੰ ਜ਼ਬਰੇ ਮੁਸਲਮਾਨ ਬਣਾਇਆ ਜਾ ਰਿਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਆਖਿਆ ਸਤਿਗੁਰੂ ਹੁਣ ਤੁਹਾਡਾ ਸਹਾਰਾ ਆ ਤੁਹਾਡੇ ਤੋਂ ਬਿਨਾ ਕੋਈ ਸਾਨੂੰ ਬਚਾ ਨਹੀਂ ਸਕਦਾ ਤੇ ਮਾਰੇ ਨੇ ਬਚਨ ਕੀਤੇ ਸਨ ਕਿ ਜਾਓ ਆਰੰਗਜੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਨੂੰ ਉਹ ਆਪਣੀ ਅਦੇਨਗੀ ਕਬੂਲ ਕਰਵਾ ਲੈਣ ਤੇ ਅਸੀਂ ਸਾਰੇ ਆਪਣੇ ਆਪ ਉਹਨਾਂ ਦੇ ਅਦੇਨਗੀ ਕਬੂਲ ਕਰ ਲਵਾਂਗੇ ਇਦਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਚਨ ਕੀਤੇ ਤੇ ਸਾਧ ਸੰਗਤ ਇਹਨਾਂ ਨੇ ਪੰਡਤਾਂ ਨੇ ਬ੍ਰਾਹਮਣਾਂ ਨੇ ਜਾ ਕੇ ਫਿਰ ਦੱਸਿਆ ਜਦੋਂ ਕਿਔਰੰਗਜ਼ੇ ਬਾਦਸ਼ਾਹ ਨੂੰ ਲੱਗਾ ਕਿ ਬੜਾ ਸੌਖਾ ਕੰਮ ਹੋ ਗਿਆ ਉਦਾਂ ਕਿੱਥੇ ਦੂਰ ਦੂਰ ਫੌਜਾਂ ਭੇਜ-ਭੇਜ ਕੇ ਲੋਕਾਂ ਨੂੰ ਮਾਰ-ਵਾਰ ਕੇ ਉਹਨਾਂ ਨੂੰ ਲਾਲਚ ਦੇ ਦੇ ਕੇ ਕੰਮ ਕਰਵਾਉਣਾ ਸੀ ਹੁਣ ਕਿੱਥੇ ਸਿਰਫ ਇੱਕ ਸਿੱਖਾਂ ਦੇ ਨੌਵੇਂ ਗੁਰੂ ਨੂੰ ਮਨਾ ਕੇ ਸਾਰਿਆਂ ਨੂੰ ਸਾਰਿਆਂ ਨੇ ਆਪਣੇ ਆਪ ਮੰਨ ਜਾਣ ਸਾਰਿਆਂ ਨੇ ਆਪਣੇ ਆਪ ਮੰਨ ਜਾਣ ਇਹਨੂੰ ਲੱਗਾ ਕਿ ਕੰਮ ਬਾਲਾ ਸੌਖਾ ਆ ਸਾ ਸੰਗਤ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਤਿੰਨ ਸਿੱਖਾਂ ਸਮੇਤ ਇਹਨੂੰ ਗ੍ਰਿਫਤਾਰੀ ਜਦੋਂ ਦਿੱਤੀ ਹੈ ਦਿੱਲੀ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਈ ਦਿਨ ਇੱਥੇ ਸਾਸੰਗ ਜੇਲ੍ਹ ਵਿੱਚ ਰੱਖਿਆ ਗਿਆ। ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਿ ਮਾਰੇ ਤੁਹਾਨੂੰ ਪੀਰਾਂ ਦੇ ਪੀਰ ਬਣਾ ਦਿੱਤਾ ਜਾਏਗਾ। ਵੱਡੇ ਵੱਡੇ ਰਾਜੇ ਬਾਦਸ਼ਾਹ ਜਿਹੜੇ ਨੇ ਉਹ ਵੀ ਤੁਹਾਨੂੰ ਸੀਸ ਝੁਕਾਉਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਾਂ ਪਹਿਲਾਂ ਤੋਂ ਹੀ ਵੱਡੇ ਵੱਡੇ ਬਾਦਸ਼ਾਹ ਦੇ ਬਾਦਸ਼ਾਹ ਜਿਹੜੇ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜੇ ਨੇ ਪਹਿਲਾਂ ਤੋਂ ਹੀ ਸੀਸ ਝੁਕਾਉਂਦੇ ਆ ਰਹੇ ਨੇ। ਇਦੇ ਵਾਸਤੇ ਗੁਰੂ ਜੀ ਨੂੰ ਕੁਝ ਕਰਨਾ ਨਹੀਂ ਪੈਂਦਾ ਸਤਿਗੁਰਾਂ ਦਾ ਤੇਜ ਪ੍ਰਤਾਪ ਹੀ ਇਦਾਂ ਦਾ ਸਤਿਗੁਰਾਂ ਦੀ ਮਹਿਮਾ ਗੁਰੂ ਸਾਹਿਬ ਦੀ ਵਡਿਆਈ ਹੀ ਇਦਾਂ ਦੀ ਹੈ ਕਿ ਆਪਣੇ ਆਪ ਸਾਰੇ ਸਤਕਾਰ ਵਜੋਂ ਸਤਿਗੁਰਾਂ ਨੂੰ ਸੇਸ਼ ਚੁਕਾਉਂਦੇ ਨੇ ਸਾਧ ਸੰਗਤ ਜੀ ਲਾਲਚ ਦਿੱਤੇ ਗਏ ਗੁਰੂ ਸਾਹਿਬ ਨੂੰ ਕਿ ਵੱਡੀਆਂ-ਵੱਡੀਆਂ ਜ਼ਗੀਰਾਂ ਵੀ ਦਿੱਤੀਆਂ ਜਾਣਗੀਆਂ ਜਿੱਥੇ ਕਹੋਗੇ ਉਥੋਂ ਦੇ ਤੁਹਾਨੂੰ ਰਾਜ ਭਾਗ ਦੇ ਦਿੱਤੇ ਜਾਣਗੇ ਮਾਰੇ ਨੇ ਆਖਿਆ ਭਾਈ ਲਾਲਚ ਜਿਹੜਾ ਆ ਸਾਨੂੰ ਨਾ ਦਿਓ ਸਾਡਾ ਇਹ ਬਚਨ ਸੁਣ ਲੋ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕਿਆ ਰਹਿਣਾ ਆ ਅਸੀਂ ਅਧੀਨਗੇ ਤੁਹਾਡੀ ਨਹੀਂ ਕਬੂਲਣੀ ਤੁਸੀਂ ਜੋ ਕਰਨਾ ਹੈ ਕਰ ਲੋ ਮਾਰੇ ਨੂੰ ਕਹਿੰਦੇ ਨੇ ਸਾਧ ਸੰਗਤ ਜੀ ਉੱਥੇ ਗੁਰੂ ਸਾਹਿਬ ਦੇ ਸਿੱਖਾਂ ਦੇ ਸਮੇਤ ਕਈ ਦਿਨ ਭੁੱਖਿਆ ਵੀ ਰੱਖਿਆ ਗਿਆ ਫਿਰ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਤੇ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਜ ਦੇ ਵਾਸਤੇ ਇੱਕ ਪਿੰਜਰਾ ਬਣਾ ਦਿੱਤਾ ਤਾਂ ਕਈ ਤੇ ਵਿਦਵਾਨ ਲਿਖਦੇ ਨੇ ਕਹਿੰਦੇ ਕਿ ਉਸ ਪਿੰਜਰੇ ਵਿੱਚ ਨਾ ਤੇ ਢੰਗ ਦੇ ਨਾਲ ਕੋਈ ਖੜਾ ਹੋ ਸਕਦਾ ਸੀ ਨਾ ਹੀ ਉੱਥੇ ਉਹਦੇ ਵਿੱਚ ਬੈਠਾ ਜਾ ਸਕਦਾ ਸੀ ਉਹਦੇ ਵਿੱਚ ਇਦਾਂ ਦੀਆਂ ਸੂਲਾਂ ਲਾ ਦਿੱਤੀਆਂ ਗਈਆਂ ਨੇ ਇਦਾਂ ਕਹਿ ਲਓ ਕਿ ਉਹਦੇ ਵਿੱਚ ਆਰਾਮ ਨਹੀਂ ਸੀ ਮਿਲ ਸਕਦਾ ਜ਼ਰਾ ਵੀ ਕਿ ਤਸੀਹੇ ਦੇਵਾਂਗੇ ਤੇ ਆਪਣੇ ਆਪ ਸਾਡੇ ਅਧੀਨਗੇ ਜਿਹੜੀ ਹੈ ਮੰਨ ਲੈਣਗੇ ਵਾਰ-ਵਾਰ ਵਾਰ-ਵਾਰ ਬੰਦੇ ਆਉਂਦੇ ਨੇ ਮਾਰੇ ਨੂੰ ਪੁੱਛਦੇ ਨੇ ਪਰ ਪਾਤਸ਼ਾਹ ਜੀ ਕਹਿੰਦੇ ਇੱਕ ਵਾਰ ਤੁਹਾਨੂੰ ਕਹਿ ਦਿੱਤਾ ਹੈ ਪੈ ਕਾਹੂ ਕੋ ਦੇਤ ਨੈ ਨੈ ਭੈ ਮਾਨ ਤੇ ਅਨਮਾਰੇ ਕਹਿੰਦੇ ਇਦਾਂ ਦੀਆਂ ਗੱਲਾਂ ਦੇ ਨਾਲ ਭਾਈ ਅਸੀਂ ਭੈ ਨਹੀਂ ਖਾਣਾ ਤੁਹਾਡਾ ਭਾਈ ਮਤੇ ਦਾਸ ਭਾਈ ਸਤੇ ਦਾਸ ਭਾਈ ਦੇਵਾਲਾ ਜੀ ਨੇ ਵੀ ਬੇਨਤੀਆਂ ਕੀਤੀਆਂ ਫਿਰ ਗੁਰੂ ਤੇਗ ਬਹਾਦਰ ਮਾਰ ਨੂੰ ਸੱਚੇ ਪਾਤਸ਼ਾਹ ਐ ਮੈਂ ਕਾਤੋਂ ਆਪਾਂ ਇਹਨਾਂ ਦੇ ਦੁੱਖ ਸਹਾਰਨੇ ਨੇ ਮਹਾਰਾਜ ਤੁਹਾਡੇ ਤੁਹਾਡੇ ਵਿੱਚ ਇੰਨੀਆਂ ਬੇਅੰਤ ਸ਼ਕਤੀਆਂ ਦੇ ਤੁਸੀਂ ਮਾਲਕ ਹੋ ਇੱਕ ਪਲ ਦੇ ਵਿੱਚ ਚਾਹੋ ਪਾਸ਼ਾ ਜੀ ਆ ਪਿੰਜਰੇ ਸਾਡੇ ਵਾਸਤੇ ਤੁਹਾਡੇ ਵਾਸਤੇ ਕੀ ਨੇ ਪਾਸ਼ਾ ਤੁਹਾਡੀਆਂ ਤਾਕਤਾਂ ਦੇ ਅੱਗੇ ਇਹ ਬਾਦਸ਼ਾਹ ਕੀ ਹੈ ਇੱਕ ਕੀੜੀ ਦੇ ਸਮਾਨ ਹੈ ਆ ਮਹਾਰਾਜ ਜੇ ਤੁਸੀਂ ਚਾਹੋ ਤੇ ਸਭ ਕੁਝ ਕਰ ਸਕਦੇ ਹੋ ਪਾਸ਼ਾ ਫਿਰ ਕਿਉਂ ਆਪਾਂ ਇਹਨਾਂ ਦੇ ਦੁੱਖ ਸਹੀਏ ਜੇ ਤੁਸੀਂ ਨਹੀਂ ਕੁਝ ਕਰਨਾ ਤੇ ਪਾਸ਼ਾਹ ਜੀ ਸਾਨੂੰ ਹੁਕਮ ਦੇ ਦਿਓ ਮਾਰੇ ਅਸੀਂ ਬਾਦਸ਼ਾਹ ਨੂੰ ਸਬਕ ਸਿਖਾ ਦੇਵਾਂਗੇ ਉਹਦੇ ਜ਼ੁਲਮ ਨੂੰ ਅਸੀਂ ਠੱਲ ਪਾ ਦੇਵਾਂਗੇ ਤੇ ਗੁਰੂ ਸਾਹਿਬ ਨੇ ਉੱਥੇ ਬਚਨ ਕੀਤਾ ਕਿ ਭਾਏ ਇਹ ਰਾਜ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਇਹ ਰਾਜ ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤਾ ਤੇ ਇਹ ਆਪਾਂ ਇਦਾਂ ਇਹਨਾਂ ਕੋਲੋਂ ਖੋ ਨਹੀਂ ਸਕਦੇ ਇਹ ਰਾਜ ਹੁਣ ਵਾਪਸ ਲੈਣ ਵਾਸਤੇ ਗੁਰੂ ਨਾਨਕ ਦੀ ਮਿਹਰ ਹੋਣੀ ਚਾਹੀਦੀ ਹੈ ਮਹਾਰਾਜ ਦੇ ਕਹਿਣ ਦਾ ਭਾਵ ਸੀ ਕਿ ਇੱਥੇ ਹੁਣ ਆਪਾਂ ਨੂੰ ਕੁਰਬਾਨ ਹੋਣਾ ਪੈਣਾ ਸੋ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਆ ਦੇਗੇ ਸੀਸ ਝੁਕਾਇਆ ਤੇ ਭਾਈ ਮਤੀ ਦਾਸ ਜੀ ਕਹਿੰਦੇ ਨੇ ਦਰਗਾਹ ਮੱਲ ਤੋਂ ਬਾਅਦ ਜਿਹੜੇ ਕਿ 6ਵੇਂ ਪਾਤਸ਼ਾਹ ਜੀ ਦੇ ਵੇਲੇ ਮਹਾਰਾਜ ਦੇ ਦੀਵਾਨ ਬਣੇ ਨੇ ਦੀਵਾਨ ਦਾ ਭਾਵ ਜਿਹੜੇ ਸਤ ਗੁਰਾਂ ਦੇ ਘਰ ਦੇ ਵਿੱਚ ਸਾਰਾ ਖਿਆਲ ਕਰਿਆ ਕਰਦੇ ਸਨ ਸਤ ਗੁਰੂ ਪਾਤਸ਼ਾਹ ਜੀ ਦੀ ਮੁੱਖ ਸੇਵਾ ਜਿਹੜੀ ਆ ਜਿਹੜੇ ਕਰਦੇ ਆ ਉਹਨਾਂ ਨੂੰ ਦੀਵਾਨ ਕਿਹਾ ਜਾਂਦਾ ਸੀ ਸੇਵਾ ਸੰਭਾਲ ਜਿਹੜੀ ਕਰਦੇ ਨੇ ਦਰਗਾਹ ਮੱਲ ਜੀ ਨੇ ਬੜੇ ਸਾਲ ਕਈ ਸਾਲਾਂ ਤੱਕ ਸਾ ਸੰਗਤ ਗੁਰੂ ਸਾਹਿਬ ਦੀ ਸੇਵਾ ਕੀਤੀ ਬਜ਼ੁਰਗ ਹੋ ਗਏ ਜਦੋਂ ਤੇ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੀ ਕਿ ਸਤ ਗੁਰੂ ਬਿਰਧ ਸਰੀਰ ਹੋ ਗਿਆ ਇਸ ਸੇਵਾ ਤੋਂ ਮੁਕਤ ਕਰ ਦਿਓ ਤੇ ਖੁੱਲੀ ਸੇਵਾ ਲੱਗ ਜਾਵੇ ਖੁੱਲੀ ਸੇਵਾ ਦਾ ਭਾਵ ਹੁੰਦਾ ਕਿ ਜਦੋਂ ਸਰੀਰ ਜਿੰਨੀ ਕੋ ਸੇਵਾ ਕਰ ਸਕੇ ਉਨੀ ਕਰ ਦੇਈਏ ਤੇ ਜਿਹੜੀ ਲੱਗੀ ਹੋਈ ਸੇਵਾ ਆ ਉਹ ਕਰਨੀ ਹੀ ਪੈਂਦੀ ਆ ਜਿਹੜੀ ਲੱਗੀ ਹੋਈ ਸੇਵਾ ਉਹ ਕਰਨੀ ਹੀ ਪੈਂਦੀ ਆ ਤੇ ਖੁੱਲੀ ਦੀ ਸੇਵਾ ਭਾਵ ਸਿੱਖ ਜਦੋਂ ਦਿਲ ਕੀਤਾ ਜਿਹੜੀ ਸੇਵਾ ਮਰਜ਼ੀ ਕਰ ਸਕੀਏ ਕਈ ਸੇਵ ਕਈ ਸਾਲ ਸੇਵਾ ਕਰਕੇ ਫਿਰ ਕਹਿੰਦੇ ਨੇ ਭਾਈ ਮਤੇਦਾਸ ਜੀ ਨੇ ਇਹ ਸੇਵਾ ਸੰਭਾਲੀ ਸੀ ਉਹਨਾਂ ਤੋਂ ਬਾਅਦ ਤੇ ਭਾਈ ਮਤੇਦਾਸ ਜੀ ਗੁਰੂ ਤੇਗ ਬਹਾਦਰ ਮਾਰਾ ਸੱਚੇ ਪਾਤਸ਼ਾਹ ਜੀ ਦੇ ਹਮੇਸ਼ਾ ਨਾਲ ਰਹਿੰਦੇ ਨੇ ਆਪਾਂ ਪੜਦੇ ਰਹੇ ਇਤਿਹਾਸ ਸੁਣਦੇ ਰਹੇ ਆ ਕਿ ਮਾਰੇ ਪੁਰਵ ਵੱਲ ਯਾਤਰਾ ਤੇ ਗਏ ਜਿੱਧਰ ਜਿੱਧਰ ਵੀ ਗਏ ਨੇ ਨਾ ਗੁਰੂ ਸਾਹਿਬ ਭਾਈ ਮਤੇਦਾਸ ਜੀ ਤਕਰੀਬਨ ਮਾਰੇ ਦੇ ਨਾਲ ਹੀ ਰਹੇ ਨੇ ਤੇ ਸਾਹ ਸੰਗਤ ਜੀ ਹਰੇ ਹਰ ਤਰ੍ਹਾਂ ਦੀ ਸੇਵਾ ਗੁਰੂ ਸਾਹਿਬ ਦੇ ਭਾਈ ਮਤੇਦਾਸ ਜੀ ਕਰਦੇ ਰਹੇ ਹਰ ਤਰ੍ਹਾਂ ਦਾ ਹੁਕਮ ਮਾਰੇ ਦਾ ਮੰਨਦੇ ਰਹੇ ਤੇ ਭਾਈ ਸਤੀਦਾਸ ਜੀ ਜਿਹੜੇ ਨੇ ਉਹ ਇਹਨਾਂ ਦੇ ਭਰਾ ਸਨ ਭਾਈ ਮਤੇਦਾਸ ਜੀ ਦੇ ਤੇ ਉਹਨਾਂ ਦਾ ਸਾਹ ਸੰਗਤ ਇਹੋ ਜਿਹਾ ਸੁਭਾਅ ਸੀ ਕਿ ਉਹ ਆਪਣੇ ਭਰਾ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਸਨ ਉਹ ਭਾਈ ਮਤੇਦਾਸ ਜੀ ਦੇ ਨਾਲ ਹੀ ਰਹਿੰਦੇ ਸਨ ਹਰ ਵੇਲੇ ਸੋ ਇਦਾਂ ਭਾਈ ਦੇ ਆਲਾ ਜੀ ਵੀ ਸੇਵਾ ਕਰਦੇ ਸਨ ਸੋ ਇਹ ਤਿੰਨੋਂ ਸਿੱਖ ਤਕਰੀਬਨ ਗੁਰੂ ਸਾਹਿਬ ਜੀ ਦੇ ਬੜੇ ਸੰਗਤ ਇਹਨਾਂ ਨੂੰ ਮਿਲੀ ਹੈ ਬੜਾ ਪਿਆਰ ਮਹਾਰਾਜ ਇਹਨਾਂ ਨੂੰ ਕਰਦੇ ਨੇ ਤੇ ਇਹ ਵੀ ਗੁਰੂ ਸਾਹਿਬ ਦੇ ਨਾਲ ਇਕਮਿਕ ਹੋਏ ਪਏ ਨੇ ਸਾਹਸੰਗਤ ਜੀ ਭਾਈ ਮਤੇਦਾਸ ਜੀ ਦੇ ਵਿੱਚ ਵੀ ਉਹ ਤਾਕਤਾਂ ਨੇ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਹੋਈਆਂ ਨੇ ਭਾਈ ਸਤੇਦਾਸ ਜੀ ਦੇ ਕੋਲ ਵੀ ਉਹ ਰਹਿਮਤ ਆ ਗੁਰੂ ਸਾਹਿਬ ਜੀ ਦੀ ਭਾਈ ਦੇ ਅੱਲਾਹ ਜੀ ਦੇ ਵਿੱਚ ਵੀ ਇਹਨਾਂ ਨੇ ਬੇਸ਼ੱਕ ਆਖਿਆ ਮਹਾਰਾਜ ਨੂੰ ਕਿ ਪਾਤਸ਼ਾਹ ਜੀ ਆਖੋ ਤੇ ਮਹਾਰਾਜ ਆਪਾਂ ਹੁਣੇ ਇਥੋਂ ਇਹਨਾਂ ਦੀ ਕੈਦ ਚੋਂ ਰਿਹਾਅ ਹੋ ਜਾਈਏ ਪਰ ਮਹਾਰਾਜ ਨੇ ਆਖਿਆ ਨਹੀਂ ਭਾਈ ਫਿਰ ਸਾਹਸੰਗਤ ਜੀ ਕਾਜ਼ੀਆਂ ਨੇ ਇਹ ਗੱਲਾਂ ਜਦੋਂ ਸੁਣ ਲਈਆਂ ਕਿ ਮਹਾਰਾਜ ਦੇ ਸਿੱਖ ਜਿਹੜੇ ਨੂੰ ਇਦਾਂ ਗੱਲਾਂ ਕਰਦੇ ਜਾ ਕੇ ਇਹ ਗੱਲਾਂ ਬਾਦਸ਼ਾਹ ਤੱਕ ਪਹੁੰਚਾ ਦਿੱਤੀਆਂ ਤੇ ਫਿਰ ਬਾਦਸ਼ਾਹ ਨੇ ਫਰਮਾਨ ਜਾਰੀ ਕੀਤਾ ਕਿ ਇਹਨਾਂ ਨੇ ਇਦਾਂ ਨਹੀਂ ਮੰਨਣਾ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜਿਹੜੇ ਸਿੱਖ ਨੇ ਇਹਨਾਂ ਨੂੰ ਤਗੜੀ ਤੋਂ ਤਗੜੀ ਸਜ਼ਾ ਲਾ ਕੇ ਫੌਤ ਦੁਖੀ ਕਰਨ ਵਾਲੀ ਸਜ਼ਾ ਲਾ ਕੇ ਇਹਨਾਂ ਨੂੰ ਮਾਰ ਮੁਕਾਇਆ ਜਾਵੇ ਤੇ ਕਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਅੱਖਾਂ ਦੇ ਸਾਹਮਣੇ ਇਹਨਾਂ ਨੂੰ ਮਾਰਿਆ ਜਾਵੇ ਖਤਮ ਕੀਤਾ ਜਾਵੇ ਤੇ ਗੁਰੂ ਤੇਗ ਬਹਾਦਰ ਜੀ ਆਪਣੇ ਆਪ ਮੰਨ ਜਾਣਗੇ ਤੇ ਆਪਾਂ ਇਤਿਹਾਸ ਵਿਚ ਆ ਰਿਹਾ ਸੀ ਸਾਧ ਸੰਗਤ ਜੀ ਕਿ ਭਾਈ ਮਤੇ ਦਾਸ ਜੀ ਨੂੰ ਪਹਿਲਾਂ ਲਾਲਚ ਦਿੱਤੇ ਗਏ ਕਿ ਮਤੇ ਦਾਸ ਤੇਰੇ ਗੁਰੂ ਨੇ ਤਾਂ ਸਾਡੀ ਗੱਲ ਮੰਨੀ ਨਹੀਂ ਤੇ ਤੂੰ ਸਾਡੀ ਗੱਲ ਮੰਨ ਲੈ ਤੈਨੂੰ ਤੇ ਛੱਡਣਾ ਹੀ ਆ ਤੇਰੇ ਗੁਰੂ ਨੂੰ ਮੇਰੇ ਹਾ ਕਰ ਦੇਵਾਂਗੇ ਆਪਣੇ ਗੁਰੂ ਨੂੰ ਬਚਾ ਲੈ ਤੇ ਭਾਈ ਮਤੇਦਾਸ ਜੀ ਦਾ ਵਚਨ ਸੇ ਕਿ ਗੁਰੂ ਨੂੰ ਮਾਰਨ ਵਾਲਾ ਗੁਰੂ ਨੂੰ ਦੁੱਖ ਦੇਣ ਵਾਲਾ ਕੋਈ ਅੱਜ ਤੱਕ ਪੈਦਾ ਨਹੀਂ ਹੋਇਆ ਮੇਰਾ ਸਤਿਗੁਰੂ ਤੇ ਘਟ ਘਟ ਦੇ ਵਿੱਚ ਵਾਸ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਨੂੰ ਵੀ ਕੋਈ ਸ਼ੂ ਨਹੀਂ ਸਕਦਾ ਤੇ ਗੁਰੂ ਦੀ ਗੱਲ ਤਾਂ ਦੂਰ ਦੀ ਰਹੀ ਤੇ ਸਾ ਸੰਗਤ ਜੀ ਕਹਿੰਦੇ ਨੇ ਭਾਈ ਮਤੇਦਾਸ ਜੀ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਫਿਰ ਕਹਿੰਦੇ ਤੈਨੂੰ ਮਾਰ ਦਿੱਤਾ ਜਾਏਗਾ ਆਖਣ ਲੱਗੇ ਮਾਰ ਦਿਓ ਸਹਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਭਾਈ ਮਤੇ ਦਾ ਜੀ ਨੇ ਦਾ ਬਚਨ ਕੀਤੇ ਤੇ ਸਾਧ ਸੰਗਤ ਜੀ ਫਿਰ ਕਹਿੰਦੇ ਨੇ ਲੱਕੜਾਂ ਦੋ ਗੱਡ ਕੇ ਤੇ ਸਾਧ ਸੰਗਤ ਉਹਨਾਂ ਦੇ ਵਿਚਕਾਰ ਭਾਈ ਮਤੇ ਦਾ ਜੀ ਨੂੰ ਖੜ੍ਹਾ ਕਰਕੇ ਬਾਹਾਂ ਬੰਨ੍ਹ ਦਿੱਤੀਆਂ ਗਈਆਂ ਪੈਰ ਵੀ ਜਿਹੜੇ ਨੇ ਬੰਨੇ ਗਏ ਤੇ ਸਾਧ ਸੰਗਤ ਫਿਰ ਕਹਿੰਦੇ ਨੇ ਆਰਾ ਲਿਆ ਕੇ ਭਾਈ ਮਤੇ ਜਾਸ ਜੀ ਦੇ ਸ਼ੇਸ ਤੇ ਚਲਾਉਣ ਲੱਗੇ ਤੇ ਲੋਕ ਜਿਹੜੇ ਇਕੱਠੇ ਹੋ ਗਏ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਮਤੇਦਾਸ ਜੀ ਦੇ ਨਾਲ ਆ ਕੁਝ ਬੀਤਣ ਲੱਗੀ ਕਈ ਲੋਕ ਇਥੋਂ ਦੇ ਦਿੱਲੀ ਦੇ ਇਕੱਠੇ ਹੋ ਕੇ ਆ ਗਏ ਸਭ ਕੋਈ ਵੇਖਣ ਵਾਸਤੇ ਸਾਰੇ ਤਰਾਹ ਤਰਾਹ ਕਰਦੇ ਨੇ ਪ੍ਰਸਾਦ ਸਿੰਘ ਜੀ ਜਲਮਾਨੇਕ ਨਾ ਮੰਨੀ ਭਾਈ ਮਤੇਦਾਸ ਜੀ ਦੇ ਸ਼ੇਸ ਤੇ ਆਰਾ ਚੱਲਿਆ ਭਾਈ ਮਤੇਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਭੋਗ ਪਾ ਕੇ ਫਿਰ ਸਵਾਸ ਜਿਹੜੇ ਨੇ ਸੱਚਖੰਡ ਨੂੰ ਸਾਹ ਸੰਗਤ ਜੀ ਚੜਾਏ ਨੇ ਫਿਰ ਆਪਣੇ ਪ੍ਰਾਣ ਇਹਨਾਂ ਨੇ ਦਿੱਤੇ ਤੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਜਿਹੜੇ ਬ੍ਰह्म ਗਿਆਨੀ ਨੇ ਜਾਏ ਜੋ ਜ ਸ਼ਹੀਦ ਹੋਏ ਨੇ ਇਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਕਦੋਂ ਕਿੱਥੇ ਅਸੀਂ ਆਪਣੇ ਪ੍ਰਾਣਾਂ ਦਾ ਤਿਆਗ ਕਰਨਾ ਹੈ ਪ੍ਰਾਣ ਜਿਹੜੇ ਨੇ ਇਹਨਾਂ ਦੇ ਆਪਣੇ ਵਸ ਵਿੱਚ ਹੁੰਦੇ ਨੇ ਸਮਾਰੇ ਕਿਰਪਾ ਕਰਨ ਜਦੋਂ ਇਹ ਸਭ ਕੁਝ ਬੀਤ ਗਿਆ ਗੁਰੂ ਸਾਹਿਬ ਨੂੰ ਫੇਰ ਪੁੱਛਿਆ ਗਿਆ ਕਿ ਵੇਖੋ ਤੁਹਾਡੇ ਸਿੱਖ ਨੂੰ ਛੇਦ ਕਰ ਦਿੱਤਾ ਗਿਆ ਮਾਰ ਦਿੱਤਾ ਗਿਆ ਜੇ ਹੁਣ ਵੀ ਤੁਸੀਂ ਚਾਹੋ ਤੇ ਆਪਣੇ ਦੂਸਰੇ ਨਾਲ ਦੇ ਸਿੱਖਾਂ ਨੂੰ ਆਪਣੇ ਸਮੇਤ ਬਚਾ ਸਕਦੇ ਮੰਨ ਜਾਓ ਅਦੇਨਗੀ ਕਬੂਲ ਕਰ ਲਓ ਮਾਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੇਖੋ ਭਾਈ ਜੇਕਰ ਕੋਈ ਹਿੰਦੂ ਹੈ ਤੇ ਉਹ ਹਿੰਦੂ ਬਣਨਾ ਚਾਹੁੰਦਾ ਤੇ ਬਣ ਜਾਵੇ ਜੇਕਰ ਕੋਈ ਮੁਸਲਮਾਨ ਹੈ ਮੁਸਲਮਾਨ ਬਣਨਾ ਚਾਹੁੰਦਾ ਤੇ ਬਣ ਜਾਵੇ ਜਿਹਦਾ ਜੋ ਮਨ ਕਰਦਾ ਹੈ ਉਹ ਕਰੇ ਪਰ ਜ਼ਬਰਦਸਤ ਕਿਸੇ ਦੇ ਉੱਪਰ ਜ਼ੁਲਮ ਜ਼ੁਲਮ ਜਿਹੜਾ ਅਸੀਂ ਨਹੀਂ ਸਹਿਣ ਕਰ ਸਕਦੇ ਮਾਰਕ ਕਹਿੰਦੇ ਸਾਨੂੰ ਇਹ ਨਹੀਂ ਕਿ ਤੁਹਾਡਾ ਧਰਮ ਪਿਆਰਾ ਨਹੀਂ ਸਾਨੂੰ ਤੁਹਾਡਾ ਧਰਮ ਵੀ ਪਿਆਰਾ ਲੱਗਦਾ ਹੈ ਸਾਨੂੰ ਇਹਦਾ ਇਹਨਾਂ ਦਾ ਧਰਮ ਵੀ ਚੰਗਾ ਲੱਗਦਾ ਪਰ ਮਾਰਕ ਕਹਿੰਦੇ ਹੁਣ ਹੈ ਤੇ ਆਪਣੀ ਮਰਜ਼ੀ ਤੁਸੀਂ ਜ਼ੁਲਮ ਨਹੀਂ ਕਰ ਸਕਦੇ ਪਾਸ਼ਾ ਜੀ ਕਹਿਣ ਲੱਗੇ ਇਦਾਂ ਜ਼ੁਲਮ ਕੀਤੇ ਆ ਅਸੀਂ ਤੁਹਾਡੇ ਅਧੀਨਗੀ ਨਹੀਂ ਕਬੂਲ ਕਰ ਸਕਦੇ ਜਦੋਂ ਇਦਾਂ ਬਚਨ ਕੀਤੇ ਨੇ ਨਾ ਫਿਰ ਕਹਿੰਦੇ ਨੇ ਭਾਈ ਸਤੇਦਾਸ ਜੀ ਸਾਹਾ ਸੰਗਤ ਜੀ ਉਹਨਾਂ ਨੂੰ ਲਿਆ ਕੇ ਚਾਰੇ ਪਾਸੇ ਲੋਕ ਵੇਖਦੇ ਨੇ ਸਭ ਕੁਝ ਕੀ ਹੋ ਰਿਹਾ ਉਹਨਾਂ ਨੂੰ ਬਿਠਾ ਕੇ ਚੰਗੇ ਤਰ੍ਹਾਂ ਲਾਲਚ ਦਿੱਤੇ ਕਿ ਤੁਸੀਂ ਮੰਨ ਜਾਓ ਵੇਖੋ ਤੁਹਾਡੇ ਭਰਾ ਨੂੰ ਕਿਵੇਂ ਤਸੀਹੇ ਦਿੱਤੇ ਨੇ ਤੇ ਸਾਹਾ ਸੰਗਤ ਜੀ ਭਾਈ ਸਤੇਦਾਸ ਜੀ ਵੀ ਬਚਨ ਕਰਦੇ ਨੇ ਸੇਵਕ ਕੀ ਉੜਕ ਨਿਭੇ ਪ੍ਰੀਤ ਕੇ ਸੇਵਕ ਦੇ ਗੁਰੂ ਦੇ ਸੇਵਕ ਦੇ ਸਿੱਖ ਦੇ ਪ੍ਰੇਤ ਜਿਹੜਿਆ ਤੋੜ ਨਿਭਾ ਜਾਵੇ ਤੇ ਤੋੜ ਕਿਵੇਂ ਨਿਭਦਿਆ ਜੀਵਤ ਸਾਹਿਬ ਸੇਵਿਓ ਆਪਣਾ ਜਿਨੇ ਜਿੰਦਿਆਂ ਜੇ ਆਪਣੇ ਸਾਹਿਬ ਨੂੰ ਸਿਮਰਿਆ ਆਇਆ ਤੇ ਚਲ ਤੇ ਰੱਖਿਓ ਚੇਤ ਜਿਨੇ ਇਥੋਂ ਤੁਰਦੇ ਸਮੇਂ ਵੇਖੋ ਸੰਸਾਰ ਤੋਂ ਕੂਚ ਕਰਦਿਆਂ ਵੀ ਆਪਣੇ ਚਿੱਤ ਵਿੱਚ ਆਪਣੇ ਗੁਰੂ ਨੂੰ ਵਸਾ ਕੇ ਰੱਖਿਆ ਇਹ ਜਦੋਂ ਬਚਨ ਕੀਤੇ ਤੇ ਸਾਹ ਸੰਗਤ ਜੇ ਫਿਰ ਰੂਹ ਦੇ ਵਿੱਚ ਇਹਨਾਂ ਨੂੰ ਲਪੇਟ ਕੇ ਸਾਧ ਸੰਗਤ ਸਾਰਿਆਂ ਦੇ ਸਾਹਮਣੇ ਅਗਨ ਦੇ ਭੇਟ ਕਰ ਦਿੱਤਾ ਅਗ ਲਾ ਦਿੱਤੀ ਰੂ ਨੂੰ ਤੇ ਭਾਈ ਸਤੇਦਾਸ ਜੀ ਗੁਰੂ ਸਾਹਿਬ ਦਾ ਇਹ ਸ਼ਬਦ ਪੜਦਿਆਂ ਹੋਇਆ ਸਾਧ ਸੰਗਤ ਜੀ ਉਹ ਜਦੋਂ ਸਾਰਾ ਸਰੀਰ ਦਾ ਮਾਸ ਸੜ ਗਿਆ ਪਿੰਜਰ ਰਹਿ ਗਿਆ ਤੇ ਸਾਧ ਸੰਗਤ ਉਹ ਸੁਪਿੰਜਰ ਜਿਹੜਾ ਥੱਲੇ ਠਾ ਡਿਗ ਪਿਆ ਭਾਈ ਸਤੇਦਾਸ ਜੀ ਸ਼ਹੀਦ ਹੋ ਗਏ ਫਿਰ ਭਾਈ ਦੇ ਅੱਲਾ ਜੀ ਨੂੰ ਜਿਹੜੇ ਇਹਨਾਂ ਸਾਰਿਆਂ ਤੋਂ ਉਮਰ ਵਿੱਚ ਵੱਡੇ ਸਨ ਦੋਨਾਂ ਤੋਂ ਬਜ਼ੁਰਗ ਵਸਤਾ ਸੀ ਉਹਨਾਂ ਨੂੰ ਲਿਆਂਦਾ ਗਿਆ ਆਖਿਆ ਗਿਆ ਵੇਖ ਤੇਰਾ ਤਾਂ ਸਰੀਰ ਵੀ ਬੜਾ ਬਜ਼ੁਰਗ ਹੈ ਇਹ ਤਾਂ ਜਵਾਨ ਸੀ ਤੇ ਸਿਹਹਾ ਸਹਿਣ ਕਰ ਗਏ ਨੇ ਤੇ ਤੇਰੇ ਕੋਲੋਂ ਇਹ ਦੁੱਖ ਜਿਹੜਾ ਚੱਲ ਨਹੀਂ ਹੋਣਾ ਬਰਦਾਸ਼ ਨਹੀਂ ਹੋਣਾ ਜੇ ਕਰ ਤੂੰ ਚਾਵੇਂ ਤੇ ਆਪਣੇ ਆਪ ਨੂੰ ਬਚਾ ਲੈ ਜਾਂ ਤੈਨੂੰ ਅਸੀਂ ਵਾਅਦਾ ਕਰਦੇ ਹਾਂ ਜੇ ਤੂੰ ਸਾਡੇ ਅਦੇਨਗੀ ਮੰਨ ਲੈਗਾ ਤੇਰੇ ਗੁਰੂ ਨੂੰ ਵੀ ਛੱਡ ਦੇਵਾਂਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅਡੋਲ ਅਵਸਥਾ ਵਿੱਚ ਬੈਠੇ ਸਾਧ ਸੰਗਤ ਜੀ ਸਾਰਾ ਕੁਝ ਤੱਕਦੇ ਨੇ ਆਪਣੇ ਨਿਤਰਾਂ ਦੇ ਨਾਲ ਤੇ ਮੁਸਕਰਾਏ ਜਾਂਦੇ ਹਨ ਮੁਸਕਰਾਉਂਦੇ ਕਿਉਂ ਨੇ ਕਿ ਇਹ ਜਿਹੜੇ ਮੇਰੇ ਪਿਆਰੇ ਸਿੱਖ ਨੇ ਇਹਨਾਂ ਨੇ ਸਾਡੇ ਪਾਏ ਹੋਏ ਪੂਰਨਿਆਂ ਤੇ ਬਿਲਕੁਲ ਸਹੀ ਢੰਗ ਦੇ ਨਾਲ ਚੱਲਣਾ ਕੀਤਾ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਕਿ ਪੰਜਵੇਂ ਜਾਮੇ ਦੇ ਵਿੱਚ ਕਿਵੇਂ ਅਸੀਂ ਤੱਤੇ ਤਵੇ ਤੇ ਚੌਂਕੜਾ ਲਾ ਕੇ ਦੁੱਖ ਸਹਾਰਨ ਬਾਰੇ ਦੱਸਿਆ ਸੀ ਇਹਨਾਂ ਨੇ ਸਿੱਖ ਲਿਆ ਜਾਚ ਸਿੱਖੀ ਹੈ ਭਾਈ ਦੇਵਾਲਾ ਜੀ ਨੂੰ ਲਾਲਚ ਦਿੱਤੇ ਭਾਈ ਦੇਵਾਲਾ ਜੀ ਕਹਿਣ ਲੱਗੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਧਕ ਨਾ ਜਾਵੇ ਮਾਰਨਾ ਤੇ ਮਾਰ ਦਿਓ ਮਾਰਨਾ ਤੇ ਮਾਰ ਮੁਕਾਓ ਐਵੇਂ ਬਹੁਤੀਆਂ ਗੱਲਾਂ ਨਾ ਬਣਾ ਬਣਾ ਕੇ ਦੱਸੋ ਮੈਂ ਗੁਰੂ ਦਾ ਸਿੱਖ ਹਾਂ ਕਦੇ ਡੋਲਾਂਗਾ ਨਹੀਂ ਕਹਿੰਦੇ ਨੇ ਫਿਰ ਉਬਲਦੇ ਹੋਏ ਦੇਗ ਦੇ ਵਿੱਚ ਸਾ ਸੰਗਤ ਜੀ ਇਹਨਾਂ ਨੂੰ ਉਬਾਲਾ ਦਿੱਤਾ ਗਿਆ ਆਪਾਂ ਫੋਟੋ ਦੇ ਵਿੱਚ ਤੇ ਦੇਖਦੇ ਹਾਂ ਕਿ ਭਾਈ ਦੇ ਆਲਾ ਜੀ ਦਾ ਚਿਹਰਾ ਬਾਹਰ ਆ ਪਰ ਕਹਿੰਦੇ ਨੇ ਪਾਣੀ ਉਬਲਦਾ ਸੀ ਬੜੇ ਤੇਜ ਲਾਟਾਂ ਵਾਲੀ ਅੱਗ ਥੱਲੇ ਬਲਦੀ ਹੈ ਦੇਖਦੇ ਤੇ ਭਾਈ ਦਿਆਲਾ ਜੀ ਨੂੰ ਵਿੱਚ ਬਿਠਾ ਕੇ ਉੱਪਰੋਂ ਢੱਕਣ ਬੰਦ ਕਰਕੇ ਤੇ ਉੱਪਰ ਭਾਰਾ ਪੱਥਰ ਰੱਖ ਦਿੱਤਾ ਗਿਆ ਕਿ ਪਾਪ ਜਿਹੜੇ ਬਾਹਰ ਨਿਕਲੇ ਅੰਦਰ ਹੀ ਰਵੇ ਐਦਾਂ ਸਾਧ ਸੰਗਤ ਜੀ ਤਸੀਹਾ ਦੇ ਕੇ ਭਾਈ ਦਿਆਲਾ ਜੀ ਨੂੰ ਮਸ਼ੀਦ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਦੋਂ ਆਖਿਆ ਸੀ ਧੰਨ ਸਿੱਖੇ ਧੰਨ ਸਿੱਖੇ ਧੰਨ ਸਿੱਖੇ ਕਿ ਜੇ ਗੁਰੂ ਧਾਨਿਆ ਤੇ ਗੁਰੂ ਦੇ ਪਿਆਰੇ ਵੀ ਕਿਹੜਾ ਘਟਨੇ ਤਾਂ ਹੀ ਗੁਰਬਾਣੀ ਵਿੱਚ ਵੀ ਮਾਰੇ ਨੇ ਆਖਿਆ ਕਿ ਹੱਕ ਦੋ ਹੱਕ ਚੜੰਦੀਆ ਇੱਥੇ ਇਹ ਇਹ ਗੁਰੂ ਦੇ ਦਰਬਾਰ ਦੇ ਵਿੱਚ ਤਾਂ ਇੱਕ ਤੋਂ ਇੱਕ ਚੜ੍ਹਦੇ ਕਲਾ ਵਾਲੇ ਨੇ ਇੱਕ ਤੋਂ ਇੱਕ ਨਾਮ ਜਪਣ ਵਾਲੇ ਨੇ ਇੱਕ ਤੋਂ ਇੱਕ ਸੇਵਾ ਕਰਨ ਵਾਲੇ ਨੇ ਜੇ ਮੈਂ ਆਖਾਂ ਕਿ ਮੈਂ ਸੇਵਾ ਕਰਦਾ ਵਾਂ ਮੈਂ ਆਖਾਂ ਕਿ ਮੈਂ ਗੁਰੂ ਦੇ ਨਾਲ ਬੜਾ ਪ੍ਰੇਮ ਕਰਦਾ ਵਾਂ ਇੱਥੇ ਦਾ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ ਨੇ ਇੱਕ ਕਹਿੰਦਾ ਮੈਂ ਆਰ ਐਨ ਐਸ ਚ ਚਰਾ ਦਿੱਤਾ ਦੂਜਾ ਕਹਿੰਦਾ ਮੈਂ ਰੂਹ ਵਿੱਚ ਆਪਣੇ ਆਪ ਨੂੰ ਲੁਭੇਟ ਕੇ ਅਗਨ ਭੇਟ ਕਰਵਾ ਲਵਾਂਗਾ ਤੀਜਾ ਕਹਿੰਦਾ ਮੈਂ ਦੇਗ ਦੇ ਵਿੱਚ ਉਬਾਲੇ ਖਾ ਲਵਾਂਗਾ ਤੇ ਇੱਥੇ ਇਹ ਦਰਬਾਰ ਇਦਾਂ ਦਾ ਆ ਕਿ ਮਾਈਆਂ ਕਿਤੇ ਪਛਾਣ ਨਹੀਂ ਰੈਂਦੀਆਂ ਜਦੋਂ ਸਾਹ ਸੰਗਤ ਜੀ ਮੰਨੂ ਵਰਗੇ ਆਉਂਦੇ ਨੇ ਤੇ ਉਹਨਾਂ ਮਾਈਆਂ ਦੇ ਛੋਟੇ-ਛੋਟੇ ਮਹੀਨੇ-ਮਹੀਨੇ ਦਿਨਾਂ-ਦਿਨਾਂ ਦੇ ਬੱਚੇ ਕੁੱਖਾਂ ਚੋਂ ਖੋ ਕੇ ਪੱਥਰਾਂ ਤੇ ਜ਼ੋਰ-ਜ਼ੋਰ ਦੇ ਨਾਲ ਮਾਰਦੇ ਨੇ ਤਾਂ ਹਵਾ ਵਿੱਚ ਉਸਾਲਾ ਦੇ ਕੇ ਥੱਲੇ ਨੇਜਾ ਕਰਕੇ ਟੰਗ ਦਿੰਦੇ ਨੇ ਉੱਪਰ ਬੱਚਿਆਂ ਨੂੰ ਤੇ ਮਾਈਆਂ ਉਦੋਂ ਕੀ ਕਹਿੰਦੀਆਂ ਉਦੋਂ ਮਾਈਆਂ ਦਾ ਇਹ ਵਚਨ ਹੁੰਦਾ ਕਿ ਬਸ ਬਸ ਆਹੀ ਕੁਝ ਕਰ ਸਕਦਾ ਐ ਇਹ ਤੋਂ ਹੋਰ ਵੀ ਵੱਧ ਕੇ ਜੇ ਕੋਈ ਤੂੰ ਕੋਈ ਤੂੰ ਜ਼ੁਲਮ ਕਰ ਸਕਦਾ ਤੇ ਕਰ ਲੈ ਸਾਧ ਸੰਗਤ ਜੀ ਉਦੋਂ ਦਾ ਅਖਾਣ ਵੀ ਬਣਿਆ ਹੋਇਆ ਸਮਾਰ ਸੱਚੇ ਪਾਸਾ ਜੀ ਕਿਰਪਾ ਕਰਨ ਕਿ ਜਿਉਂ ਜਿਉ ਮੰਨੂ ਵੱਢਦਾ ਅਸੀਂ ਦੂਨ ਸਵਾਏ ਹੋਏ ਜਿਵੇਂ ਜਿਵੇਂ ਤੁਸੀਂ ਵੱਢੋਗੇ ਨਾ ਸਿੱਖੀ ਸਿੱਖੀ ਦੇ ਸਿੱਖਾਂ ਨੂੰ ਇਹ ਸਿੱਖ ਓਵੇਂ ਓਵੇਂ ਵੱਧਦੇ ਜਾਣਗੇ ਬੜਾ ਸਾਧ ਸੰਗਤ ਜੀ ਦਰਦਨਾਕ ਜਿਹੜਾ ਇਤਿਹਾਸ ਹੈ ਤੇ ਇਹ ਇਤਿਹਾਸ ਹੈ ਵੀ ਬੜਾ ਲਾਸਾਨੀ ਮਾਰਾ ਸਚੇ ਪਾਤਸ਼ਾਹ ਜੀ ਮੇਰ ਕਰਨ ਸਾਹਾ ਸੰਗਤ ਜੀ ਇਹ ਤਿੰਨਾ ਗੁਰਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਾਹਾ ਸੰਗਤ ਸ਼ਹਿਰ ਦੇ ਵਿੱਚ ਟੰਡੋਰਾ ਪਟਵਾ ਦਿੱਤਾ ਗਿਆ ਗੁਰੂ ਤੇਗ ਬਹਾਦਰ ਮਾਰਾ ਸਚੇ ਪਾਤਸ਼ਾਹ ਜੀ ਨੂੰ ਇੱਕ ਦਫਾ ਫੇਰ ਪੁੱਛਿਆ ਕਿ ਤੁਸੀਂ ਸਾਡੀ ਅਧੀਨਗੀ ਮੰਨ ਲਓ ਤੁਹਾਡੇ ਸਿੱਖ ਨਹੀਂ ਰਹਿ ਤੇ ਤੁਸੀਂ ਵੀ ਨਹੀਂ ਰਹਿਣਾ ਮਾਰਾ ਸਚੇ ਪਾਤਸ਼ਾਹ ਜੀ ਅੱਖ ਲੱਗੇ ਤੁਸੀਂ ਜੋ ਕਰਨਾ ਆ ਭਾਈ ਕਰ ਲਓ ਪੈ ਕਾਹੂ ਕੋ ਦੇਤ ਨੈ ਨੈ ਪਹਿਮਾਨ ਤਿਆਣ ਅਸੀਂ ਕਿਸੇ ਨੂੰ ਡਰਾਉਂਦੇ ਨਹੀਂ ਤੇ ਅਸੀਂ ਤੁਹਾਡੇ ਕੋਲੋਂ ਡਰਨਾ ਵੀ ਨਹੀਂ ਆਗਾ ਇਹ ਵਚਨ ਗੁਰੂ ਸਾਹਿਬ ਨੇ ਆਖੇ ਤੇ ਕਹਿੰਦੇ ਨੇ ਢੰਡੋਰਾ ਪੇਠਿਆ ਗਿਆ ਨਗਰ ਦਿੱਲੀ ਦੇ ਵਿੱਚ ਫੇਰ ਤੋਂ ਕਿ ਗੁਰੂ ਮਹਾਰਾਜ ਨੂੰ ਕੱਲ ਨੂੰ ਧੜ ਨਾਲ ਸੇਸ ਜਿਹੜਾ ਆ ਧੜ ਨਾਲ ਉਹ ਗੁਰੂ ਸਾਹਿਬ ਦਾ ਜੁਦਾ ਕਰ ਦਿੱਤਾ ਜਾਵੇਗਾ ਸਾਰੇ ਲੋਕ ਇਕੱਠੇ ਹੋਏ ਨੇ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਦੀ ਇਹ ਕੁਰਬਾਨੀ ਨੂੰ ਵੇਖਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੁਰਬਾਨ ਹੋਣਾ ਆ ਸ਼ਹਾਦਤ ਦਾ ਜਾਮ ਪੀਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾ ਇਸ਼ਨਾਨ ਕੀਤਾ ਨਵੇਂ ਵਸਤਰ ਪਹਿਨੇ ਜਪ ਜੇ ਸਾਬ ਦਾ ਪਾਠ ਕਰਨਾ ਆਰੰਭ ਕਰ ਦਿੱਤਾ ਉਸ ਤੋਂ ਪਹਿਲਾਂ ਜਲਾਦ ਨੂੰ ਆਖਿਆ ਜਲਾਦਾ ਤੂੰ ਤਲਵਾਰ ਸਾਡੇ ਸੇਸ਼ ਤੇ ਚਲਾਣੀ ਹੈ ਪਰ ਅਸੀਂ ਜਦੋਂ ਸੇ ਸਤਿਧਾਨ ਨੀਵੀ ਸੇ ਸਨੀਵਾ ਕਰਾਂਗੇ ਨਿਵਾਵਾਂਗੇ ਨਾ ਉਦੋਂ ਤੂੰ ਆਪਣਾ ਕੰਮ ਕਰ ਲਵੀ ਮਹਾਰਾ ਨੇ ਬਾਣੀ ਦਾ ਜਾਪ ਸ਼ੁਰੂ ਕੀਤਾ ਜਿਵੇਂ ਹੀ ਬਾਣੀ ਦਾ ਭੋਗ ਪਿਆ ਗੁਰੂ ਸਾਹਿਬ ਨੇ ਇਦਾਂ ਸੇਸ ਝੁਕਾ ਕੇ ਨਮਸਕਾਰ ਕੀਤੀ ਤੇ ਜਲਾਦ ਨੇ ਜ਼ੋਰ ਦੇ ਨਾਲ ਸਾ ਸੰਗਤ ਜੀ ਉਹ ਤਲਵਾਰ ਦਾ ਵਾਰ ਕੀਤਾ ਧਨ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਸੇਸ ਧੜ ਦੇ ਨਾਲ ਉਜਾ ਹੋ ਕੇ ਜ਼ਮੀਨ ਦੇ ਉੱਪਰ ਡਿੱਗ ਪਿਆ ਤੇ ਸਾਧ ਸੰਗਤ ਜੀ ਮਹਾਰਾ ਸਚੇ ਪਾਤਸ਼ਾਹ ਜੀ ਦਾ ਬਚਨ ਹੈ ਠੇਕਰ ਫੋਰ ਦਲੇ ਸਿਰ ਪ੍ਰਾਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਣ ਧਨ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਮਹਾਰਾ ਸਚੇ ਪਾਤਸ਼ਾਹ ਜੀ ਸਾਤ ਗੁਰੂ ਮਹਾਰਾ ਸਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਤੇਗ ਬਹਾਦਰ ਮਹਾਰੇ ਨੇ ਇਸ ਸਰੀਰ ਨੂੰ ਠਿਕਰੇ ਜਾਣ ਕੇ ਠਿਕਰੇ ਦੇ ਤਰ੍ਹਾਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਪਾਨ ਦਿੱਤਾ ਤੇ ਇਦਾਂ ਸਾਧ ਸੰਗਤ ਦੇ ਲੋਕਾਂ ਦੇ ਵਿੱਚ ਕਹਿੰਦੇ ਨੇ ਇਦਾਂ ਗੱਲਾਂ ਚੱਲੀਆਂ ਨੇ ਲੋਕ ਉੱਥੇ ਖੜ੍ਹਿਆਂ ਨੇ ਕੀ ਗੱਲ ਕੀਤੀ ਐ ਕਿ ਹੈ ਹੈ ਸਭ जग ਭਇਓ ਜੈ 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 ਸੁਰ ਲੋਕ ਹੈ ਹੈ ਦੇ ਅਰਥ ਕਈਆਂ ਨੇ ਤਾਂ ਇਹ ਕੀਤੇ ਕਿ ਹਾਏ ਹਾਏ ਕਰਨ ਲੱਗ ਪਏ ਸਾਰੇ ਪਰ ਅਸਲ ਦੇ ਵਿੱਚ ਵਿਦਵਾਨ ਕਹਿੰਦੇ ਨੇ ਹੈ 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 ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਲੋਕ ਕਹਿਣ ਲੱਗੇ ਹੈ ਕੋਈ ਕੋਈ ਹੈ ਜਿਹੜਾ ਮਜ਼ਲੂਮਾਂ ਦੇ ਰੱਖਿਆ ਕਰ ਸਕਦਾ ਹੈ ਕੋਈ ਹੈ ਜਿਹੜਾ ਗਰੀਬ ਵਾਸਤੇ ਖੜਾ ਹੋ ਸਕਦਾ ਆ ਤੇ ਜੈ ਜੈਕਾਰ ਜਿਹੜੀ ਹੈ ਸੁਰਲੋਕ ਦੇ ਵਿੱਚ ਹੋਣ ਲੱਗੀ ਹੈ ਦੇਵਤਿਆਂ ਨੇ ਵੀ ਜੈ ਜੈਕਾਰ ਕੀਤੀ ਫੁੱਲ ਵਰਸਾਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹਾਦਤ ਦੇ ਉੱਪਰ ਗੁਰੂ ਸਾਹਿਬ ਦੇ ਉੱਤੇ ਵਰਖਾ ਕੀਤੀ ਸੁਮਾਰ ਸਚੇ ਪਾਤਸ਼ਾਹ ਜੀ ਮੇਰ ਕਰਨ ਸਾਹਿਬ ਸੰਗਤ ਜੀ ਗੁਰੂ ਤੇਗ ਬਹਾਦਰ ਮਾਰ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਕਹਿੰਦੇ ਨੇ ਕਿ ਹਨੇਰ ਉਸ ਵੇਲੇ ਛਾ ਗਿਆ ਦੁਨੀਆ ਦੇ ਉੱਪਰ ਜਦੋਂ ਮਾਰੇ ਨੂੰ ਸ਼ਹੀਦ ਕੀਤਾ ਗਿਆ ਸੋ ਵੱਖਰੀਆਂ ਵੱਖਰੀਆਂ ਜਿਹੜੇ ਇਤਿਹਾਸਕਾਰਾਂ ਦੀਆਂ ਵਿਚਾਰਾਂ ਮਿਲਦੀਆਂ ਨੇ ਕੁਝ ਤਾਂ ਕਹਿੰਦੇ ਨੇ ਕਿ ਭਾਈ ਜੱਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਮਾਰੇ ਨੇ ਪਹਿਲਾਂ ਤੋਂ ਹੀ ਸੇਵਾ ਲਾ ਦਿੱਤੀ ਸੀ ਕਿ ਤੁਸੀਂ ਇਹ ਸੇਵਾ ਕਰਨੀ ਤੇ ਕੁਝ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਭਾਈ ਜੱਤਾ ਜੀ ਨੇ ਇਥੋਂ ਦਿੱਲੀ ਦੇ ਵਿੱਚੋਂ ਆਪ ਖੁਦ ਸੇਵਾਇ ਕੀਤੀ ਕਿ ਮਹਾਰਾਜ ਦਾ ਸੇਸ ਜਿਹੜਾ ਆ ਬੜੀ ਕਰੜ ਸਖਤ ਨਿਗਰਾਨੀ ਦੇ ਵਿੱਚ ਉਥੋਂ ਸਾਧ ਸੰਗਤ ਜੀ ਉਠਾਇਆ ਬੜੇ ਸਤਕਾਰ ਦੇ ਨਾਲ ਆਨੰਦਪੁਰ ਸਾਹਿਬ ਤੱਕ ਪਹੁੰਚਾਇਆ ਤੇ ਰਾਹ ਦੇ ਵਿੱਚ ਕਈ ਥਾਂ ਤੇ ਪੜਾ ਕੀਤੇ ਨੇ ਕਈ ਜਗ੍ਹਾ ਤੇ ਰੁਕਣਾ ਵੀ ਕੀਤਾ ਕਿਉਂਕਿ ਸਾਧ ਸੰਗਤ ਜੀ ਰਾਹ ਜਿਹੜਾ ਆ ਇਦਾਂ ਨਹੀਂ ਸਕੇ ਬੜੀਆਂ ਆਵਾਜਾਈ ਦੇ ਸਾਧਨ ਨਹੀਂ ਸਾਨੂੰ ਦੋ ਸੋ ਡਾਂਡੇ ਮਿੰਡੇ ਜਾਂ ਕਿੱਦਾਂ ਦਾ ਵੀ ਰਾਹ ਸੀ ਪਹਾੜੀਆਂ ਦਾ ਜਾਂ ਜੰਗਲਾਂ ਦਾ ਉਹ ਰਾਹ ਦੇ ਵਿੱਚੋਂ ਪੈ ਕੇ ਸਾਹਸੰਗ ਜੀ ਇਹ ਗਏ ਨੇ ਇਧਰੋਂ ਭਾਈ ਲੱਖੀ ਸ਼ਾਮ ਨਜ਼ਾਰਾ ਨੇ ਮਾਰਿਆ ਜਿਹੜਾ ਧੜ ਸੀ ਉਹ ਸਾਹਸੰਗ ਜੀ ਆਪਣੇ ਗੱਡੇ ਦੇ ਉੱਪਰ ਲੱਦਿਆ ਤੇ ਆਪਣੇ ਘਰ ਵਿੱਚ ਲਿਜਾ ਕੇ ਆਪਣੇ ਘਰ ਨੂੰ ਹੀ ਅੱਗ ਲਾ ਦਿੱਤੀ ਆਪਣੇ ਘਰ ਦੇ ਵਿੱਚ ਗੁਰੂ ਮਾਰਾ ਸਚੇ ਪਾਤਸ਼ਾਹ ਜੀ ਤਾ ਧੜ ਜੜਾ ਉਹਦਾ ਸੰਸਕਾਰ ਕੀਤਾ ਤੇ ਇਹ ਜਦੋਂ ਸਾਹ ਸੰਗਤ ਜੀ ਜਦੋਂ ਤੱਕ ਇਹਨਾਂ ਨੂੰ ਪਤਾ ਲੱਗਾ ਪਹਿਰੇਦਾਰਾਂ ਨੂੰ ਉਦੋਂ ਤੱਕ ਕਹਿੰਦੇ ਨੇ ਭਾਈ ਜਤਾ ਜੀ ਵੀ ਦਿੱਲੀ ਦੇ ਹੱਦ ਤੋਂ ਬਾਹਰ ਨਿਕਲ ਨਿਕਲ ਚੁੱਕੇ ਸਨ ਜਾ ਚੁੱਕੇ ਸਨ ਸੋ ਮਾਰਾ ਸਚੇ ਪਾਤਸ਼ਾਹ ਜੀ ਕਿਰਪਾ ਕਰਨ ਬੜਾ ਸਤਕਾਰ ਦੇ ਨਾਲ ਇਹਨਾਂ ਨੇ ਸੀਸ ਲਿਜਾ ਕੇ ਭਾਈ ਜਤਾ ਜੀ ਨੇ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਪਹੁੰਚਾਇਆ ਤੇ ਮਾਰਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਨੇ ਉਦੋਂ ਬਚਨ ਕੀਤਾ ਕਿ ਰੰਗ ਰੇਟਾ ਗੁਰੂ ਦਾ ਬੇਟਾ ਇਦਾਂ ਕਹਿ ਕੇ ਮਾਰਾ ਨੇ ਆਪਣੇ ਸੀਨੇ ਦੇ ਨਾਲ ਲਾ ਕੇ ਨਿਵਾਜਿਆ ਸੋ ਇਹ ਸੀ ਧੰਨ ਗੁਰੂ ਤੇਗ ਬਹਾਦਰ ਮਾਰਾ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਜਿਵੇਂ ਹੀ ਗੁਰੂ ਮਾਰਾ ਦੀ ਸ਼ਹਾਦਤ ਹੋਈ ਉਦੋਂ ਸਾਧ ਸੰਗਤ ਜੀ ਇਹਨਾਂ ਦੀਆਂ ਜੜਾਂ ਜਿਹੜੀਆਂ ਭੋਲੀਆਂ ਹੋ ਗਈਆਂ ਤੇ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਿਆਂ ਗਿਆ ਤੇ ਆਪ ਜੀ ਜਾਣਦੇ ਹੋ ਕਲਗੀਧਰ ਪਾਤਸ਼ਾਹ ਜੀ ਨੇ ਤੀਰ ਦੀ ਨੋਕ ਦੇ ਨਾਲ ਦੱਬ ਕਹਿ ਲੋ ਜਾ ਕਾਹੀ ਜਿਨੂੰ ਆਪਾਂ ਕਹਿੰਦੇ ਆ ਉਹਨੂੰ ਏਦਾਂ ਚੁੱਕ ਕੇ ਚੁੱਕ ਕੇ ਤਾਂ ਹਵਾ ਵਿੱਚ ਉਛਾਲਿਆ ਕਿ ਜਣਾ ਸਹਿਬਜ਼ਾਦੇ ਦੀ ਸ਼ਹਾਦਤ ਦੇ ਨਾਲ ਪੁੱਲੀਆਂ ਹੋ ਗਈਆਂ ਨੇ ਪੁੱਟੀਆਂ ਜਾ ਚੁੱਕੀਆਂ ਨੇ ਮਾਰੇ ਨੇ ਪੁੱਟ ਕੇ ਵਿਖਾਈਆਂ ਨੇ ਉਥੇ ਬਚਨ ਕੀਤਾ ਕਿ ਖਤਮ ਹੋ ਗਿਆ ਇਹਨਾਂ ਦਾ ਰਾਜ ਅੱਜ ਤੋਂ ਬਾਅਦ ਸੋ ਗੁਰੂ ਸਾਹਿਬ ਜੀ ਨੇ ਸਮਾਂ ਬਖਸ਼ਿਆ ਜਿਵੇਂ ਦੀ ਸਤਿਗੁਰੂ ਜੀ ਵਿਚਾਰ ਬਖਸ਼ਣਗੇ ਜਾਪ ਸੰਗਤਾਂ ਦੇ ਮਨ ਵਿੱਚ ਕੋਈ ਵਿਚਾਰ ਹੋਵੇ ਕਿ ਗੁਰਬਾਣੀ ਦੇ ਵਿਚਾਰ ਜਾਂ ਇਤਿਹਾਸ ਦੇ ਵਿਚਾਰ ਜਿਵੇਂ ਵੀ ਮਾਰੇ ਸਮਾਂ ਬਖਸ਼ਣਗੇ ਉਦਾਂ ਹੀ ਆਪਾਂ ਅਗਲਿਆਂ ਵਿਚਾਰਾਂ ਦੇ ਨਾਲ ਜੋੜਨ ਦਾ ਯਤਨ ਕਰਾਂਗੇ ਸਭ ਤੋਂ ਵੱਡੀ ਬੇਨਤੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਕਿ ਸਤਿਗੁਰੂ ਜਦੋਂ ਅਸੀਂ ਇਤਿਹਾਸ ਦੀ ਜਾਂ ਸ਼ਬਦਾਂ ਦੀ ਵਿਚਾਰ ਕਰਦੇ ਹਾਂ ਮਾਰੇ ਇਹਨਾਂ ਦਾ ਭਾਵ ਅਰਥ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਤਾਂ ਜੋ ਸਾਡਾ ਜੀਵਨ ਸਫਲ ਹੋ ਜਾਵੇ ਸਭ ਭੁੱਲਾ ਚੁੱਕਾ ਦੇਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ